ਮੁੰਡਿਆਂ ਦੀ ਕਿਤੇ ਕੋਈ ਪੁਰਾਣੀ ਕੋਈ ਰੰਦਸ਼ ਹੈਗੀ ਸੀ ਇੱਕ ਦੂਜੇ 'ਚ ਮੋਟਰਸਾਈਕਲ ਵੱਜਾ ਸੀ ਚਪੇੜੋ ਜਿਹੜਾ ਚਪੇੜੋ 'ਚ ਪੀੜੀ ਹੋਏ ਅਤੇ ਉਹ ਹੀ ਉਹਨਾਂ ਪੁਰਾਣੀ ਰੰਦਸ਼ ਰੱਖੀ। ਰਾਜਾ ਸਿੰਘ ਜੀ ਮੇਰਾ ਭਤੀਜਾ ਇਹ ਆਉਂਦੇ ਆ ਕੰਮ ਤੋਂ ਆਉਂਦੇ ਅਤੇ ਖੰਡ ਵਾਲੇ ਇਹ ਗਿਆ ਉੱਤਰ ਅਤੇ ਉਹ ਛੋਟੇ ਭਰਾ ਦੇ ਜਿਹੜਾ ਬੇਟਾ ਆ ਆਕਾਸ਼ ਉਹਨੂੰ ਫੋਨ ਕੀਤਾ ਇਹਨੇ ਵੀ ਤੂੰ ਇੱਥੋਂ ਨਾ ਮੈਨੂੰ ਲੈ ਜਾ ਮੋਟਰਸਾਈਕਲ 'ਤੇ ਮੈਂ ਖੰਡ ਵਾਲੇ ਚੌਂਕ 'ਚ ਖਲੋਤਾ ਆ। ਠੀਕ ਹੈ ਜੀ ਉਹ ਲੈਣ ਆਉਂਦੇ ਆ ਅਤੇ ਇਹਨਾਂ ਦੀ ਮੁੰਡਿਆਂ ਦੀ ਕਿਤੇ ਕੋਈ ਪੁਰਾਣੀ ਕੋਈ ਰੰਦਸ਼ ਹੈਗੀ ਸੀ ਇੱਕ ਦੂਜੇ 'ਚ ਮੋਟਰਸਾਈਕਲ ਵੱਜਾ ਸੀ ਚਪੇੜੋ 'ਚ ਪੀੜੀ ਹੋਏ ਅਤੇ ਉਹ ਹੀ ਉਹਨਾਂ ਪੁਰਾਣੀ ਰੰਦਸ਼ ਰੱਖੀ ਅਤੇ ਉਹਨੇ ਮੁੰਡੇ ਨੇ ਵੇਖ ਲਿਆ ਵੀ ਉਹ ਹੀ ਆ ਮੁੰਡਾ ਖਲੋਤਾ। ਇਹ ਗੱਲਾਂ ਬਾਤਾਂ ਮਾਰਨ ਲੱਗ ਪਏ ਉੱਧਰ ਦੋ ਮਿੰਟ ਅਤੇ ਉਹਨੇ ਮੁੰਡੇ ਸੱਦ ਲਏ ਆਉਂਦੇ ਹੀ ਹੰਬੜਾ ਕਰਤਾ ਵਿਕਾਸ 'ਤੇ ਵੀ ਹੰਬੜਾ ਹੋਇਆ ਵਿਕਾਸ ਗਿਆ ਥੋੜ੍ਹਾ ਜਿਹਾ ਭੱਜ ਅਤੇ ਇਹ ਡਿੱਗ ਪਿਆ ਅਤੇ ਇਹਨੂੰ ਢਾਲਿਆ ਇਹਦੇ ਲੱਕ 'ਚ ਕਰਚਾ ਮਾਰੀਆਂ ਨਾਲੇ ਪੇਟ 'ਚ ਕਰਚਾ ਮਾਰੀਆਂ ਅਤੇ ਸਿਰ ਦੇ ਵਿੱਚ ਕੜੇ ਮਾਰੇ ਆ ਜੀ ਸਿਰ ਦੇ ਵਿੱਚ ਜੀ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਬੜੇ ਟਾਂਕੇ ਲੱਗੇ ਆ ਹੈਂ ਅਤੇ ਸਾਡਾ ਮੇਰਾ ਭਤੀਜੇ ਦਾ ਨਾ ਮਾਂ ਹੈ ਜਿਹਦੇ ਨਾ ਪਿਓ ਹੈਗਾ ਅਤੇ ਆਹ ਛੋਟਾ ਜਿਹਾ ਬੱਚਾ ਆ ਅਤੇ ਆਹ ਉਹਦੀ ਘਰ ਦੀ ਆ ਸਾਡੀ ਨੂੰਹ ਆ। ਠੀਕ ਹੈ ਜੀ ਸਾਨੂੰ ਇਨਸਾਫ ਚਾਹੀਦਾ ਆ ਉੱਧਰ SHO ਸਾਹਿਬ ਸਾਨੂੰ ਬੜੀ ਤਸੱਲੀ ਦਵਾਉਂਦੇ ਆ। ਠੀਕ ਹੈ ਜੀ ਬਹੁਤ ਵਧੀਆ ਇਨਸਾਨ ਹੈ ਬੜੀ ਤਸੱਲੀ ਦਵਾਉਂਦੇ ਸਾਨੂੰ ਪਰ ਸਾਨੂੰ ਜਿਹੜਾ ਪਰਚਾ ਕੀਤਾ ਉੱਥੇ ਸੈਟਿਸਫਾਈ ਨਹੀਂ ਮਿਲਿਆ ਟਿਕਟ ਦਿਖਾਓ ਇਹਦੇ ਅੰਬਾਲਿਓ ਆਉਂਦੇ ਆ ਅੰਬਾਲੇ ਦੀ ਟਿਕਟ ਵੀ ਸਾਡੇ ਕੋਲ ਅਜੇ ਤੱਕ ਪਈ ਆ ਜਿੱਦਣ ਇਹ ਕਾਂਡ ਹੋਇਆ ਆ ਟਿਕਟ ਵਿਖਾਉਣਾ ਤੁਸੀਂ ਕਿਉਂ ਮੰਗ ਕੀ ਕਰਦੇ ਸੀ ਤੁਸੀਂ ਇਨਸਾਫ ਚਾਹੀਦਾ ਸਰ ਇਨਸਾਫ ਚਾਹੀਦਾ ਸਰ ਲੱਖਾਂ ਨਾ ਰੁਪਈਆ ਲੱਗਣ ਦੇ ਦਿਹਾੜੀਦਾਰ ਅਸੀਂ ਬੰਦੇ ਪੇਂਟ ਦਾ ਕੰਮ ਕਰਦੇ ਹਾਂ ਆਹ ਵੇਖੋ ਟਿਕਟ ਬੰਦੇ ਅੰਬਾਲਿਓ ਆਉਂਦੇ ਆ ਅਤੇ ਇੱਕ ਹੋਰ ਹੌਸਲਾ ਵੇਖੋ ਇਹਨਾਂ ਦਾ ਫਿਰ ਸੋਸ਼ਲ ਮੀਡੀਆ 'ਤੇ ਇਹਨਾਂ ਫੋਟੋਆਂ ਵੀਡੀਓ ਪਾਤੀਆਂ ਇੰਸਟਾਗ੍ਰਾਮ 'ਤੇ ਆਹ ਵੇਖੋ ਸੋਸ਼ਲ ਮੀਡੀਆ 'ਤੇ ਵੇਖੋ ਕਿੰਨਾ ਝਾਕੇ ਖੁੱਲ੍ਹੇ ਇਹਨਾਂ ਦੇ ਤੁਹਾਨੂੰ ਵੀਡੀਓ ਵਿਖਾਉਂਦਾ ਇਹਨਾਂ ਦੀਆਂ ਮਿਤੀ 2/7/2023 ਨੂੰ ਖੰਡਵਾਲਾ ਦੇ ਵਿੱਚ ਦੋ ਦਿਨਾਂ ਦਾ ਚੱਲਣਾ ਪਿਆ ਜਿਹਦੇ ਵਿੱਚ ਰਾਜਾ ਸਿੰਘ ਸਾਨੂੰ ਬਾਜ ਸਿੰਘ ਵਾਸੀ ਪੱਤਗੜ ਅਤੇ ਵਿਕਾਸ ਸਾਨੂੰ ਸੁੱਖਾ ਸਿੰਘ ਵਾਸੀ ਪੱਤਗੜ ਜਿਹੜੇ ਇੰਕਲੂਜਰ ਹੋਏ ਨੇ ਜਿਹੜਾ ਰਾਜਾ ਸਿੰਘ ਆ ਉਹ ਅਰੋੜਾ ਹੋਸਪਿਟਲ ਨਾਲ ਮਿਲਿਆ ਜੋ ਅਸੀਂ ਵਿਕਾਸ ਸਾਨੂੰ ਸੁੱਖਾ ਸਿੰਘ ਦੇ ਬਿਆਨ 'ਤੇ ਮੁਕੰਮਾ ਨੰਬਰ 134 ਮਿਤੀ 3/7/23 ਦੀ ਜਿਹੜਾ ਅਸੀਂ ਲੜਾਈ ਵਜਾ ਕਾਰਨ ਦੱਸੇ ਮਤਲਬ ਇਹ ਆਪਸ ਵਿੱਚ ਮੋਟਰਸਾਈਕਲ ਤੇ ਜਾ ਰਹੇ ਸੀ ਦੋਵੇਂ ਕਰਾਂ ਦੀ ਕਿਤੇ ਖੈ ਬਾਜੀ ਸੀ ਉਹਦੇ ਤੋਂ ਇਹਨਾਂ ਨੇ ਰੰਜਿਸ਼ ਬਾਜੀ ਨਾਲ ਇਹਨਾਂ ਦੇ ਸੱਟਾਂ ਲੱਗੀ ਜਿਹੜੇ ਅਸੀਂ ਦੋਸ਼ੀ ਸ਼ਨਾਖਤ ਕਰ ਲਏ ਤੇ ਛੇਤੀ ਤੋਂ ਛੇਤੀ ਸੀ ਤੇ ਕਿੰਨੇ ਜਣੇ ਪਰਚਾ ਕੀਤਾ ਕਰੀਬ 8 ਜਣੇ ਬਾਈ ਨੇਮ ਕੋਈ ਬਿਲਕੁਲ ਬਾਈ ਨੇਮ ਹੈਗੇ ਨਹੀਂ ਬਾਕੀ ਅਸੀਂ ਇਹ ਡਿਸਕਲੋਜ਼ ਇਸ ਕਰਕੇ ਨਹੀਂ ਕਰ ਰਹੇ ਵੀ ਅਰੈਸਟ ਕਰ ਦੋ ਬਾਕੀ ਜਿਹੜੇ